ਸਤਿ ਸ੍ਰੀ ਅਕਾਲ। ਪਿਛਲੇ ਐਪੀਸੋਡ ਦੇ ਵਿੱਚ ਬਿਮਾਰੀ ਦੀ ਜੜ੍ਹ ਨੂੰ ਫੜਿਆ, ਮਨ ਦੇ ਰੋਗ ਨੂੰ ਫੜਿਆ, ਕਿਉਂਕਿ ਵਰਸ਼ਾਂ ਤੋਂ ਲੈ ਕੇ ਨਹੀਂ ਸਦੀਆਂ ਤੋਂ ਲੈ ਕੇ ਅਸੀਂ ਅਗਿਆਨਤਾ ਵਿੱਚ ਰਹੇ। ਸਰੀਰ ਦੇ ਅੰਦਰ ਸ਼ਕਤੀ ਸੀ ਪਰ ਆਤਮਾ ਦੇ ਅੰਦਰ ਪਾਪ ਕਰਮ ਨਹੀਂ ਹੁੰਦੇ ਸਨ, ਮਰਿਆਦਾ ਦੇ ਰੂਪ ਵਿੱਚ ਚੱਲਦੇ ਸਨ ਔਰ ਦਿਵੇ ਗੁਣਾਂ ਦੀ ਧਾਰਨਾ ਵੀ ਹੁੰਦੀ ਸੀ ਔਰ ਆਤਮਿਕ ਬਲ ਸੀ ਔਰ ਮਨੋਬਲ ਬਹੁਤ ਉੱਚਾ ਸੀ। ਇਹ ਤਾਂ ਸਿਰਫ 70-80 ਵਰਸ਼ ਪਹਿਲਾਂ ਵੀ ਮੈਂ ਦੇਖਿਆ, ਪਰ ਉਸ ਤੋਂ ਪਹਿਲਾਂ ਤਾਂ ਹੋਰ ਵੀ ਬਹੁਤ ਅੱਛਾ ਸੀ। ਸ੍ਰਿਸ਼ਟੀ ਦੇ ਆਦਿ ਦੇ ਵਿੱਚ ਤਾਂ ਮਨੁੱਖ ਨੂੰ ਕੋਈ ਰੋਗ ਹੀ ਨਹੀਂ ਸੀ, ਨਾ ਤਾਂ ਕੋਈ ਡਾਕਟਰ ਸੀ, ਨਾ ਕੋਈ ਵਕੀਲ ਸੀ। ਜੇ ਆਪਾਂ ਪਿੱਛੇ ਝਾਤੀ ਮਾਰੀਏ, ਆਪਣੇ ਗੁਰੂਆਂ ਦਾ ਕਿਹੜਾ ਡਾਕਟਰ ਸੀ? ਕਈ ਵਾਰੀ ਮੈਨੂੰ ਯਾਦ ਆ ਜਾਂਦਾ ਹੈ ਕਿ ਬਾਬੇ ਨਾਨਕ ਕੋਲੇ ਵੈਦ ਜੀ ਨੂੰ ਬੁਲਾਇਆ, ਬਾਬਾ ਜੀ ਨੇ ਕਿਹਾ, ਵੈਦਾ ਤੂੰ ਮੇਰੀ ਨਬਜ਼ ਨੂੰ ਕੀ ਦੇਖੀ? ਕਿਉਂਕਿ ਉਹਨਾਂ ਦਾ ਮਨ ਕਿਤੇ ਹੋਰ ਜੁੜਿਆ ਕਿ ਮੇਰੀ ਬਿਮਾਰੀ ਤੂੰ ਨਹੀਂ ਜਾਣ ਸਕਦਾ। ਉਸ ਟਾਈਮ ਦੇ ਉੱਤੇ ਰਿਸ਼ੀਆਂ ਮੁਨੀਆਂ ਦਾ ਵੀ ਇੱਕੋ ਹੀ ਲਗਨ ਸੀ, ਕੋਈ ਚੀਜ਼ ਉਹਨਾਂ ਤੋਂ ਖੋ ਗਈ ਸੀ। ਪਰ ਉਹਨਾਂ ਨੇ ਵੀ ਕੀ ਕੀਤਾ, ਉਹਨਾਂ ਨੇ ਵੀ ਇਹੀ ਕਿਹਾ ਕਿ ਉਹ ਅਪਰਮ ਅਪਾਰ ਹੈ, ਪ੍ਰਭੂ ਅਪਰਮ ਅਪਾਰ ਹੈ, ਉਹ ਨੇਤੀ ਨੇਤੀ ਹੈ, ਉਸ ਨੂੰ ਅਸੀਂ ਨਹੀਂ ਜਾਣ ਸਕਦੇ, ਉਹਦੀ ਸ਼ਕਤੀ ਨੂੰ ਅਸੀਂ ਨਹੀਂ ਜਾਣ ਸਕਦੇ। ਤਾਂ ਅੱਜ ਦਾ ਤਮੋ ਪ੍ਰਧਾਨ ਯੁੱਗ, ਕਲਯੁਗੀ ਯੁੱਗ ਦੇ ਵਿੱਚ ਆਤਮਾ ਆਪਣੀ ਸ਼ਕਤੀ ਨੂੰ ਖੋ ਰਹੀ ਹੈ ਔਰ ਉਸੇ ਜਗ੍ਹਾ ਦੇ ਉੱਤੇ ਦੂਸਰੀ ਸ਼ਕਤੀ ਆ ਗਈ, ਕਿਉਂਕਿ ਇੱਕ ਚੀਜ਼ ਜਾਂਦੀ ਹੈ ਤਾਂ ਉਹਦੇ ਆਪੋਜਿਟ ਚੀਜ਼ ਅੰਦਰ ਆਉਂਦੀ ਹੈ। ਸਨੇਹ ਤੇ ਪਿਆਰ ਦੀ ਸ਼ਕਤੀ ਖਤਮ ਹੋਈ, ਨਫ਼ਰਤ ਨੇ ਜਗ੍ਹਾ ਲੈ ਲਈ, ਆਪਣੇ ਅੰਦਰ ਦੇ ਗੁਣਾਂ ਨੂੰ ਖਤਮ ਕੀਤਾ, ਸਵੈਮਾਨ ਨੂੰ ਖਤਮ ਕੀਤਾ। ਮਾਨ ਦੇਣਾ ਵੀ ਕਿਸੇ ਨੂੰ ਖਤਮ ਹੋ ਗਿਆ ਤਾਂ ਉਸ ਦੀ ਜਗ੍ਹਾ ਦੇ ਉੱਤੇ ਕੀ ਆ ਗਿਆ? ਅਭਿਮਾਨ, ਈਗੋ। ਜਦੋਂ ਈਗੋ ਆਉਂਦਾ ਹੈ ਤਾਂ ਈਗੋ ਨੂੰ ਅਸੀਂ ਬਰਕਰਾਰ ਰੱਖਣ ਵਾਸਤੇ ਕੀ ਕਰਦੇ ਹਾਂ? ਇੰਗਲਿਸ਼ ਦਾ ਸ਼ਬਦ ਹੈ ਈਗੋ ਡਿਫੈਂਸਿਵ ਮੈਕਾਨਿਜ਼ਮ, ਆਪਣੇ ਆਪ ਨੂੰ ਪ੍ਰੂਵ ਕਰਨ ਵਾਸਤੇ ਕਿ ਮੈਂ ਠੀਕ ਹਾਂ। ਮੈਂ ਠੀਕ ਤਾਂ ਨਹੀਂ ਹਾਂ, ਅਭਿਮਾਨ ਹੈ। ਅਭਿਮਾਨ ਬਸ ਮੈਂ ਆਪਣੇ ਸਬਆਰਡੀਨੇਟ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਵੀ ਮੈਂ ਡਾਂਟ ਮਾਰਦਾ, ਕਿਉਂਕਿ ਮੇਰੀ ਸ਼ਕਤੀ ਬਹੁਤ ਵੱਡੀ ਹੈ। ਮੇਰੇ ਅੰਦਰ ਬਾਡੀ ਕੌਨਸ਼ੀਅਸ ਹੋਣ ਦੇ ਕਾਰਨ ਮੈਂ ਆਪਣੇ ਆਪ ਨੂੰ ਘਰ ਦਾ ਮਾਲਕ ਸਮਝਦਾ ਹਾਂ। ਅਸੀਂ ਕਈ ਵਾਰੀ ਬੱਚਿਆਂ ਨੂੰ ਵੀ ਕਹਿ ਦਿੰਦੇ ਹਾਂ ਤੁਸੀਂ ਕੀ ਜਾਣਦੇ ਹੋ, ਅਸੀਂ ਕੀ ਸੰਸਾਰ ਅਸੀਂ ਦੇਖਿਆ। ਪਰ ਇੱਕ ਚੀਜ਼ ਹੈ ਕਿ ਇਹਦੇ ਨਾਲ ਸਾਨੂੰ ਹੀ ਨੁਕਸਾਨ ਹੁੰਦਾ ਹੈ। ਈਗੋ ਇੱਕ ਸਭ ਤੋਂ ਵੱਡੀ ਬਿਮਾਰੀ ਹੈ ਔਰ ਜਿਹੜੀ ਬਿਮਾਰੀ ਦੂਜੀਆਂ ਬਿਮਾਰੀਆਂ ਨੂੰ ਵੀ ਜਗ੍ਹਾ ਦਿੰਦੀ ਹੈ। ਉਹ ਕਿਹੜੀਆਂ ਹਨ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੇ ਉਹਨਾਂ ਦੇ ਬਾਲ ਬੱਚੇ। ਇਹਨਾਂ ਤੋਂ ਅਸੀਂ ਮੁਕਤੀ ਨਹੀਂ ਪ੍ਰਾਪਤ ਕੀਤੀ। ਅਗਰ ਆਪਾਂ ਇਹਨਾਂ ਤੋਂ ਮੁਕਤੀ ਪ੍ਰਾਪਤ ਕਰ ਲਈਏ, ਆਪਣਾ ਆਪਣੇ ਸਰੂਪ ਨੂੰ ਹੀ ਪਹਿਚਾਣ ਲਈਏ, ਅਗਰ ਬੱਚਾ ਆਪਣੇ ਪਿਤਾ ਤੋਂ ਪਹਿਲਾਂ ਆਪਣੇ ਆਪ ਨੂੰ ਸਮਝ ਲਵੇ ਕਿ ਮੇਰਾ ਬਾਪ, ਇਸ ਵਾਸਤੇ ਕਿਹਾ ਗਿਆ ਹੈ ਬਾਪ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਪੂਤ, ਆਪਣੇ ਸਾਰੇ ਬੱਚਿਆਂ ਨੂੰ, ਆਤਮਾ ਨੂੰ
ਪੂਰੇ ਵਿਸ਼ਵ ਦੇ ਅੰਦਰ ਜੋ ਅਨੇਕ ਧਰਮਾਂ ਚ ਵੰਡ ਚੁੱਕੀਆਂ ਹਨ ਉਹ ਉਹਨਾਂ ਦਾ ਪਿਤਾ ਹੈ। ਉਹਦੀ ਇੱਕ ਨਜ਼ਰ ਹੈ ਪਰ ਉਹ ਇਸ ਦੁਨੀਆਂ ਤੋਂ ਵੀ ਪਾਰ ਉਹ ਆਪਣੇ ਬ੍ਰਹਮਲੋਕ ਦੇ ਵਿੱਚ ਨਿਵਾਸ ਕਰਦਾ ਹੈ। ਅਸੀਂ ਇਹ ਸ੍ਰਿਸ਼ਟੀ ਦੇ ਨਾਟਕ ਦੇ ਵਿੱਚ ਖੇਲ ਕਰਨ ਆਏ, ਇਹ ਚੀਜ਼ ਨੂੰ ਸਮਝਣਾ ਹੀ ਪਏਗਾ। ਦੋਸਤੋ ਜੇ ਇਹ ਚੀਜ਼ ਨੂੰ ਨਹੀਂ ਸਮਝਦੇ ਤਾਂ ਆਪਾਂ ਗੁਣਾਂ ਨੂੰ ਵੀ ਧਾਰਨ ਨਹੀਂ ਕਰ ਸਕਦੇ। ਪਹਿਲੀ ਇਕਾਈ ਤਾਂ ਆਪਣੇ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ ਔਰ ਪਰਿਵਾਰ ਤੋਂ ਵੀ ਪਹਿਲਾਂ ਇਕਾਈ ਮੈਥੋਂ ਸ਼ੁਰੂ ਹੁੰਦੀ ਹੈ ਕਿ ਜੇ ਮੈਂ ਸ਼ਾਂਤੀ ਚਾਹਵਾਂਗਾ, ਮੇਰਾ ਰੂਪ ਜੋ ਹੈ ਉਹ ਗੁਣਾਂ ਵਾਲਾ ਸਰੂਪ ਹੋਏਗਾ, ਆਤਮਿਕ ਸ਼ਕਤੀ ਵਾਲਾ ਸਰੂਪ ਹੋਏਗਾ, ਤਾਂ ਮੈਂ ਕਿਸੇ ਨੂੰ ਪਿਆਰ ਨਾਲ ਗੱਲ ਕਰਾਂਗਾ, ਸ਼ਾਂਤੀ ਨਾਲ ਗੱਲ ਕਰਾਂਗਾ। ਕੋਈ ਵੀ ਚੀਜ਼ ਦੀ ਹੱਲ ਪਰਿਵਾਰ ਦੇ ਵਿੱਚ ਬੈਠ ਕੇ, ਸਮਾਜ ਦੇ ਵਿੱਚ ਬੈਠ ਕੇ, ਪਹਿਲਾਂ ਸ਼ਾਂਤੀ, ਉਸ ਤੋਂ ਮਗਰੋਂ ਸਮਾਧਾਨ। ਸਮੱਸਿਆ ਤਾਂ ਹੈ, ਸਮੱਸਿਆ ਦਾ ਸਮਾਧਾਨ ਵੀ ਹੈ। ਜੇ ਅਸੀਂ ਅੱਜ ਦੇ ਟਾਈਮ ਵਿੱਚ ਇਸ ਚੀਜ਼ ਨੂੰ ਨਹੀਂ ਸੋਚਿਆ ਤਾਂ 21ਵੀਂ ਸਦੀ ਜੋ ਚੱਲ ਰਹੀ ਹੈ, ਇਹ ਸਦੀ ਦੇ ਅੰਦਰ ਡਿਪਰੈਸ਼ਨ ਤਾਂ ਕਈ ਅੱਗੇ ਜਾ ਕਰਕੇ ਡਿਪਰੈਸ਼ਨ ਦੀਆਂ ਕਈ ਹੋਰ ਸਟੇਜਾਂ ਆ ਜਾਣਗੀਆਂ ਜਿਹਨੂੰ ਅਸੀਂ ਪੈਨਿਕ ਕਹਿੰਦੇ ਹਾਂ, ਜਿਹਨੂੰ ਅਸੀਂ ਉਹ ਸਟੇਜ ਕਹਿੰਦੇ ਹਾਂ ਕਿ ਬੰਦਾ ਆਪਣੇ ਆਪ ਨੂੰ ਨਹੀਂ ਸਮਝਦਾ। ਇਸ ਵਾਸਤੇ ਉਸ ਭਾਈ ਸਾਹਿਬ ਜਿਨ੍ਹਾਂ ਨੇ ਮੈਨੂੰ ਇਹ ਪ੍ਰਸ਼ਨ ਪੁੱਛਿਆ ਕਿ ਬਾਹਰ ਦਾ ਵਾਤਾਵਰਣ ਵੀ ਗੰਦਾ ਤਾਂ ਸਾਡੀ ਨੇਚਰ ਜਿਹੜੀ ਆਦਤ ਹੈ ਉਹ ਵੀ ਸਾਡੀ ਬਾਹਰ ਦੇ ਵਾਤਾਵਰਣ ਤੋਂ ਹੀ ਬਣੀ ਹੈ। ਕਿਉਂਕਿ ਜੇ ਸਾਗਰ ਹੈ ਤਾਂ ਸਾਗਰ ਦੇ ਵਿੱਚੋਂ ਗੜਵੀ ਭਰ ਲਈਏ ਤਾਂ ਉਹ ਵੀ ਤਾਂ ਸਾਗਰ ਦਾ ਹੀ ਰੂਪ ਹੈ। ਇਸ ਤਰੀਕੇ ਨਾਲ ਹੀ ਜਦੋਂ ਸਾਡੀ ਆਤਮਾ ਜਿਹੜੀ ਹੈ ਉਹ ਬਾਹਰੀ ਵਾਤਾਵਰਣ ਨਾਲ ਜੁੜ ਜਾਂਦੀ ਹੈ ਤਾਂ ਆਪਣੀ ਅੰਤਰਿਕ ਸ਼ਕਤੀ ਨੂੰ ਭੁੱਲ ਜਾਂਦੀ ਹੈ। ਅੰਤਰ ਸ਼ਕਤੀਆਂ ਸਾਡੇ ਅੰਦਰ ਹੀ ਹਨ ਪਰ ਇਹ ਅੰਤਰਿਕ ਸ਼ਕਤੀਆਂ ਨੂੰ ਅਸੀਂ ਇਗਨੋਰ ਕਰ ਦਿੱਤਾ, ਨਾ ਸਾਨੂੰ ਉਸਦਾ ਕਿਸੇ ਨੇ ਗਿਆਨ ਦਿੱਤਾ। ਆਪਾਂ ਸਕੂਲਾਂ ਦੇ ਵਿੱਚ ਵੀ ਗਏ, ਕਾਲਜਾਂ ਵਿੱਚ ਵੀ ਗਏ, ਡਿਗਰੀ ਕਾਲਜਾਂ ਵਿੱਚ ਵੀ ਗਏ, ਪਰ ਕਿਸੇ ਜਗ੍ਹਾ ਦੇ ਉੱਤੇ ਮੋਰਲ ਵੈਲਿਊਜ਼ ਦੇ ਉੱਤੇ ਜਾਂ ਸਪਿਰਿਚੁਅਲਿਟੀ ਦੇ ਉੱਤੇ ਇੱਕ ਯੂਨੀਵਰਸਲ ਨੌਲੇਜ ਨਹੀਂ ਦਿੱਤਾ ਗਿਆ। ਯੂਨੀਵਰਸਲ ਨੌਲੇਜ ਉਹ ਹੁੰਦਾ ਹੈ ਜਿਹੜਾ ਹਰ ਇੱਕ ਆਤਮਾ ਨੂੰ ਅਪੀਲ ਕਰ ਜਾਏ। ਪਹਿਲਾਂ ਤਾਂ ਆਪਾਂ ਇਹੀ ਸਮਝੀਏ ਕਿ ਅਸੀਂ ਇੱਕ ਇੰਡੀਵਿਜ਼ੂਅਲ ਜਿਹੜੀ ਡਿਵਾਈਡ ਨਹੀਂ ਹੋ ਸਕਦੀ, ਇਹਨੂੰ ਬ੍ਰੇਕ ਡਾਊਨ ਨਹੀਂ ਕੀਤਾ ਜਾ ਸਕਦਾ। ਹਰੇਕ ਆਤਮਾ ਦਾ ਅਲੱਗ ਅਲੱਗ ਰੋਲ ਹੈ। ਹਰ ਇੱਕ ਆਦਮੀ ਇਸ ਸ੍ਰਿਸ਼ਟੀ ਰੂਪੀ ਬ੍ਰਿਕਸ਼ ਦੇ ਵਿੱਚ ਆਪਣਾ ਆਪਣਾ ਪਾਰਟ ਬਜਾ ਰਿਹਾ। ਇਸ ਪਾਰਟ ਨੂੰ ਅਸੀਂ ਕਹਿੰਦੇ ਹਾਂ ਦਿਸ ਡਰਾਮਾ ਇਜ਼ ਪ੍ਰੀ ਓਰਡੇਨਡ ਐਂਡ ਵੀ ਆਰ ਦਾ ਐਕਟਰਸ। ਹਮ ਸਭੀ ਕੌਣ ਹੈ? ਹਮ ਸਭੀ ਹੈ ਪਾਰਟਦਾਰੀ ਐਕਟਰਸ ਇਸ ਡਰਾਮਾ ਦੇ ਵਿੱਚ, ਔਰ ਹਰ ਇੱਕ ਦਾ ਪਾਰਟ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੋ ਜਾਏਗਾ ਕਿ ਉਹ ਚਾਰ ਸਟੇਜਾਂ ਦੇ ਵਿੱਚ ਜਾਂਦਾ ਹੈ। ਜਦੋਂ ਇਹ ਸ੍ਰਿਸ਼ਟੀ ਦੇ ਅੰਦਰ ਇਹ ਨਾਟਕ ਦੀ ਸ਼ੁਰੂਆਤ ਹੋਈ, ਇੱਕ ਫਿਲਮ ਹੁੰਦੀ ਹੈ, ਉਹਦੀ ਸ਼ੁਰੂਆਤ ਵੀ ਹੁੰਦੀ ਹੈ, ਉਹਦਾ ਅੰਤ ਵੀ ਹੁੰਦਾ ਹੈ। ਇਸ ਤਰੀਕੇ ਨਾਲ ਹੀ ਇਹ ਕਾਲ ਚੱਕਰ ਚੱਲਦਾ ਰਹਿੰਦਾ ਹੈ। ਇਹ ਕੀੜੀ ਦੀ ਚਾਲ, ਜੂੰ ਦੀ ਚਾਲ ਚੱਲਦਾ ਹੈ, ਪਰ ਇਹਨੂੰ ਅਸੀਂ ਨਹੀਂ ਜਾਣ ਸਕਦੇ। ਮਾਨੁਸ਼ ਆਤਮਾ ਜਿਹੜੀ ਹੈ ਉਹਨਾਂ ਨੂੰ ਅਲਪ ਗਿਆਨ ਹੈ, ਪਰ ਪਰਮਾਤਮਾ ਨੂੰ ਇਹ
ਸਾਰੀ ਸ੍ਰਿਸ਼ਟੀ ਦੀਆਂ ਆਤਮਾ ਤੇ ਪੰਜਾਂ ਤੱਤਾਂ ਦਾ ਹੀ ਗਿਆਨ ਹੈ ਕਿ ਮੇਰੇ ਬੱਚੇ ਖੇਲਦੇ ਖੇਲਦੇ ਇਸ ਪਾਰਟ ਦੇ ਵਿੱਚ ਸਤੋ ਪ੍ਰਧਾਨ ਤੱਤ ਗਿਰਦੇ ਆਏ। ਆਖਰ ਕੀ ਹੋਇਆ, ਜਿਉਂ ਜਿਉਂ ਸ਼ਕਤੀ ਘਟਦੀ ਗਈ ਤਿਉਂ ਤੋਂ ਅਵਗੁਣ ਆਉਂਦੇ ਗਏ। ਆਖਰ ਆਪਾਂ ਕਿੱਥੇ ਪਹੁੰਚੇ, ਕਲਯੁਗ। ਇਹ ਜੋ ਸਮਾਂ ਚੱਲ ਰਿਹਾ ਹੈ ਤਾਂ ਫੈਕ ਐਂਡ ਆਫ ਕਲਯੁਗ। ਇਹਦੇ ਅੰਦਰ ਜਿਹੜੀ ਆਤਮਾ ਦੀ ਬੈਟਰੀ ਹੈ ਉਹ ਟੋਟਲ ਡਿਸਚਾਰਜ ਹੋ ਚੁੱਕੀ, ਸਿਰਫ ਇੱਕ ਛੋਟੀ ਜੀ ਲਕੀਰ ਬਚੀ ਹੋਈ। ਕਿਸੇ ਬੰਦੇ ਵਿੱਚ ਵੀ ਸਹਿਣ ਸ਼ਕਤੀ ਨਹੀਂ ਹੈ, ਇੱਛਾ ਨੂੰ ਕੰਟਰੋਲ ਕਰਨ ਦੀ ਸ਼ਕਤੀ ਨਹੀਂ ਹੈ। ਮਹਿਲ ਮਾੜੀਆਂ ਬਹੁਤ ਬਣ ਰਹੀਆਂ, ਘਰਾਂ ਦੇ ਵਿੱਚ ਵੱਡੇ ਵੱਡੇ ਫਰਨੀਚਰ ਵੀ ਆ ਗਏ। ਇਸ ਤਰ੍ਹਾਂ ਹੀ ਲੱਗਦਾ ਹੈ ਕਿ ਸਤਯੁਗ ਆ ਗਿਆ, ਪਰ ਮਨ ਨੂੰ ਅਸ਼ਾਂਤੀ, ਨੀਂਦ ਨਹੀਂ ਆ ਰਹੀ। ਕਿੱਥੇ ਬੰਦਾ ਇੱਕ ਨੀਚੇ ਧਰਤੀ ਦੇ ਉੱਤੇ ਸੌ ਜਾਂਦਾ ਸੀ, ਸਾਧਾਰਨ ਬਾਣ ਦੇ ਮੰਜੇ ਹੁੰਦੇ ਸੀ। ਅੱਜ ਕਿੱਥੇ ਤੁਸੀਂ ਦੇਖੋ, ਡਨਲਪ ਦੀਆਂ ਦੁਕਾਨਾਂ ਕੀ ਹੈ, ਕੀ ਚੀਜ਼ ਨਹੀਂ ਹੈ ਸਾਡੇ ਪਾਸ, ਪਰ ਇੱਕ ਚੀਜ਼ ਨਹੀਂ ਹੈ, ਸਾਡੀ ਆਤਮਾ ਦੀ ਬੈਟਰੀ ਖਾਲੀ ਹੋ। ਹੁਣ ਇੱਕ ਚੀਜ਼ ਸਾਡੇ ਸਾਹਮਣੇ ਆਉਂਦੀ ਹੈ ਕਿ ਇਹ ਬੈਟਰੀ ਨੂੰ ਚਾਰਜ ਕਿਸ ਤਰ੍ਹਾਂ ਕੀਤਾ ਜਾਵੇ, ਇਹਦੀ ਸ਼ਕਤੀ ਨੂੰ ਜਾਂ ਤਾਂ ਵਧਾਇਆ ਜਾਏ ਜਾਂ ਫਿਰ ਬਾਹਰ ਦੀਆਂ ਆਉਣ ਵਾਲੀਆਂ ਘਟਨਾਵਾਂ ਨੂੰ ਉਹਨਾਂ ਨੂੰ ਛੋਟੇ ਰੂਪ ਚ ਲਿਆ ਜਾਵੇ। ਜਦੋਂ ਅਸੀਂ ਉਹਨਾਂ ਨੂੰ ਸੀਰੀਅਸ ਰੂਪ ਦਿੰਦੇ ਹਾਂ ਤਾਂ ਉਹਦਾ ਇਫੈਕਟ ਸਾਡੇ ਮਨ ਤੇ ਆਉਂਦਾ ਹੈ। ਉਹਦੇ ਨਾਲ ਫਿਰ ਕੀ ਹੁੰਦਾ ਹੈ, ਤਿੰਨੇ ਪ੍ਰਕਾਰ ਦੀ ਸਵਾਸਥ, ਤਿੰਨੇ ਪ੍ਰਕਾਰ ਦੀ ਸਵਾਸਥ, ਮਾਨਸਿਕ, ਸਰੀਰਕ ਅਤੇ ਸਮਾਜਿਕ, ਤਿੰਨੇ ਪ੍ਰਕਾਰ ਦੀ ਹੈਲਥ ਜਿਹੜੀ ਹੈ ਵਿਅਕਤੀ ਦੀ ਡਾਊਨ ਹੋਣੀ ਸ਼ੁਰੂ ਹੋ ਜਾਂਦੀ। ਅੱਜ ਦੋ ਚੀਜ਼ਾਂ ਨੂੰ ਜਾਣਨ ਦੀ ਜ਼ਰੂਰਤ ਹੈ। ਅੱਜ ਅੰਤ ਸਮੇਂ ਦੇ ਉੱਤੇ ਆਪਾਂ ਸਭ ਜਾਣਦੇ ਹਾਂ, ਵੇਦ ਸ਼ਾਸਤਰ ਪੜ੍ਹੇ ਹੋਏ ਬਹੁਤ ਬੜੇ ਬੜੇ ਗਿਆਨੀ, ਬੜੇ ਬੜੇ ਮਹਾਤਮਾ, ਉਹ ਆਤਮ ਗਿਆਨ ਤਾਂ ਦਿੰਦੇ, ਪਰ ਆਤਮ ਗਿਆਨ ਦੇ ਅੰਦਰ ਵੀ ਕੀ ਹੈ ਕਿ ਸਾਡੇ ਅੰਦਰ ਸ਼ਕਤੀ ਨਹੀਂ ਹੁੰਦੀ। ਮੈਨੂੰ ਉਹ ਗੀਤਾ ਦੇ ਸ਼ਬਦ ਯਾਦ ਆ ਗਏ ਕਿ ਜਦੋਂ ਸਾਰੀ ਸ੍ਰਿਸ਼ਟੀ ਅਗਿਆਨਤਾ ਵਸ ਅੰਧਕਾਰ ਦੇ ਵਿੱਚ ਤਾਂ ਉਸ ਟਾਈਮ ਦੇ ਉੱਤੇ ਮੈਂ ਸਵੈਮ ਆਉਂਦਾ। ਕੌਣ ਹੈ ਉਹ, ਆਦਿ ਅੰਤ ਜੋ ਰੱਖਣਹਾਰ, ਉਸ ਪ੍ਰਭੂ ਨੂੰ ਨਾ ਮਨੋ ਵਿਸਾਰ। ਅੱਜ ਉਹ ਧਰਤੀ ਦੇ ਉੱਤੇ ਆਏ, ਪਰ ਅਸੀਂ ਅਗਿਆਨਤਾ ਵਸ ਇੰਨੇ ਅੰਧੇਰੇ ਦੇ ਵਿੱਚ ਹੋ ਗਏ, ਅਸੀਂ ਉਹਨੂੰ ਪਹਿਚਾਣ ਵੀ ਨਹੀਂ ਸਕਦੇ। 50 ਵਰਸ਼ਾਂ ਤੋਂ ਲੈ ਕਰਕੇ ਮੈਂ ਇਸ ਜੀਵਨ ਵਿੱਚ ਆਇਆ, ਮੈਡੀਟੇਸ਼ਨ ਕੀਤਾ, ਉਹਦੇ ਰਿਜ਼ਲਟ ਵੀ ਅੱਛੇ ਮਿਲੇ। ਸੋ ਮੈਂ ਇੱਥੇ ਅੱਜ ਦੇ ਟੌਪਿਕ ਨੂੰ ਵਿਰਾਮ ਦਿੰਦਾ ਹੋਇਆ, ਸਤਿ ਸ੍ਰੀ ਅਕਾਲ, ਫਿਰ ਮਿਲਾਂਗੇ।